ਅਕਾਲੀ ਦਲ ਦੇ ਜਿਹੜੇ ਇਲਜ਼ਾਮ ਨੇ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਿੱਛੇ ਜਿਹੜੀ RSS ਹੈ ਭਾਜਪਾ ਹੈ ਔਰ ਓਪਰੇਸ਼ਨ ਨਾਗਪੁਰ ਜਿਹੜਾ ਹੈ ਪੰਜਾਬ 'ਚ ਭਾਜਪਾ ਦੇ ਵੱਲੋਂ ਚਲਾਇਆ ਜਾ ਰਿਹਾ। ਦੇਖੋ ਜੀ, ਇਹ ਤਾਂ ਹੋ ਗਿਆ ਵੀ ਲੁੱਕ ਹੂਜ਼ ਟਾਕਿੰਗ। ਇਹ ਸਾਰੀ ਜ਼ਿੰਦਗੀ ਇਹਨਾਂ ਨੇ ਭਾਜਪਾ ਨਾਲ ਕੱਢਤੀ, ਸਾਰੀ ਜ਼ਿੰਦਗੀ। ਅਤੇ ਹੁਣ ਮਤਲਬ ਜਿਹੜੀ ਇਹਨਾਂ ਨੇ, ਅਸੀਂ ਤਾਂ ਕੋਈ, ਸਾਡੀ ਕੋਈ ਸਾਂਝ ਨਹੀਂ ਭਾਜਪਾ ਨਾਲ, ਪਰ ਜਿਹੜੀ ਇਹਨਾਂ ਨੇ ਸਾਂਝ ਰੱਖੀ ਹੈ ਉਹ ਕੀ ਸੀ? ਠੀਕ ਹੈ ਜੀ, ਇਹ ਹੁਣ ਵੀ ਭਾਜਪਾ ਨਾਲ ਜਾਣ ਨੂੰ ਫਿਰਦੇ ਆ, ਉਹ ਲੈਂਦੇ ਨਹੀਂ ਹੈ। ਇਹ ਬਹੁਤ ਤਾਵਲੇ ਹੈ ਵੀ ਕਿਤੇ ਭਾਜਪਾ ਸਾਨੂੰ ਦੁਬਾਰਾ ਨੇੜੇ ਲਾ ਲਵੇ, ਪਰ ਉਹ ਨਹੀਂ ਲਾਉਂਦੇ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਗਠਬੰਧਨ ਦੀ ਗੱਲ ਚੱਲ ਰਹੀ ਸੀ ਅਕਾਲੀ ਭਾਜਪਾ ਦੀ, ਉਦੋਂ ਤੱਕ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਾਤਾ ਮਨਾ ਕਰ ਰਹੇ ਸੀ ਕਿ ਚੋਣ ਨਹੀਂ ਲੜਨਗੇ ਅੰਮ੍ਰਿਤਪਾਲ ਸਿੰਘ, ਲੇਕਿਨ ਜਦੋਂ ਗੱਲਬਾਤ ਟੁੱਟੀ ਗੱਠਜੋੜ ਦੀ ਤਾਂ ਉਸ ਤੋਂ ਬਾਅਦ ਅਕਾਲੀ ਭਾਜਪਾ ਦੇ ਗੱਠਜੋੜ ਦੀ, ਹਾਂਜੀ, ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ। ਉਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਜੇਲ੍ਹ 'ਚੋਂ ਜਿਹੜੇ ਮਿਲ ਕੇ ਆਏ ਉਹ ਵੀ RSS ਦੇ ਜਿਹੜੇ ਨੇ ਨੁਮਾਇੰਦੇ ਰਹੇ ਨੇ। ਨਹੀਂ, ਇਹ ਤਾਂ ਫਿਰ ਮੈਨੂੰ ਵੀ ਕਹਿ ਦੇਣਗੇ, ਨੂੰ ਹੀ ਹਿਲਾਉਣਾ ਹੈ, ਜਾਂ ਤਾਂ ਕੋਈ ਸਬੂਤ ਦੇਣ। ਠੀਕ ਹੈ ਜੀ, ਐਵੇਂ ਇਹ ਬਿਲਕੁਲ ਬਦਨਾਮ ਕਰਦੇ ਆ, ਆਪ ਸਾਰਾ ਕੁਛ ਕਰਦੇ ਰਹੇ ਹੈ, ਨੋ ਡਾਊਟ, ਹੈ ਨਾ, ਫਿਰ ਦੂਜੇ ਨੂੰ ਕਿਵੇਂ ਤੁਸੀਂ ਕਹਿ ਸਕਦੇ ਹੋ? ਔਰ ਜਦੋਂ ਕਿ ਬੇਸਿਕ ਸੱਚਾਈ ਇਹ ਹੈ ਵੀ ਇਹ ਅੱਜ ਵੀ ਭਾਜਪਾ ਨਾਲ ਜਾਣ ਨੂੰ ਤਿਆਰ ਹੈ, ਇਹਨਾਂ ਵੱਲੋਂ ਯੈਸ ਹੈ, ਉਧਰੋਂ ਨੋ ਹੈ। ਉਹ ਕਹਿੰਦੇ ਅਸੀਂ ਆਪਣੇ ਅਸੂਲਾਂ ਤੇ ਖੜੇ ਆ ਔਰ ਇਸੇ ਕਰਕੇ ਗੱਠਜੋੜ ਤੇ ਨਹੀਂ ਖੜੇ। ਜੀ, ਤੁਹਾਨੂੰ ਮੈਂ ਗੱਲ ਦੱਸਤੀ, ਕੋਈ ਅਸੂਲਾਂ ਤੇ ਨਹੀਂ ਹੈ ਖੜੇ, ਜਿਸ ਦਿਨ ਉਧਰੋਂ ਯੈਸ ਹੋਗੀ ਇਹ ਜਾਣਗੇ। ਲੇਕਿਨ ਉਹ ਕਹਿ ਰਹੇ ਕਿ ਓਪਰੇਸ਼ਨ ਨਾਗਪੁਰ ਚੱਲ ਰਿਹਾ ਪੰਜਾਬ ਦੇ ਵਿੱਚ, ਅੰਮ੍ਰਿਤਪਾਲ ਸਿੰਘ ਇਸ ਦੀ ਕੜੀ ਨੇ। ਐ ਵੀ ਝੂਠ ਬੋਲੀ ਜਾਂਦੇ ਜੀ, ਮੈਂ ਤੁਹਾਨੂੰ ਕਹੀ ਜਾਂਦਾ ਕਹਾਣੀ, ਜਿਵੇਂ ਕਹਿ ਦਿੰਦੇ ਵੀ ਡੈਮੋਕ੍ਰੇਸੀ ਹੈ, ਜੋ ਮਰਜ਼ੀ ਕਹਿ ਦਿਓ, ਕਿਹੜਾ ਕਿਸੇ ਨੇ ਕੁਛ ਕਹਿਣਾ, ਉਹ ਗੱਲ ਹੈ ਇਹਨਾਂ ਦੀ ਤਾਂ। ਕਿਉਂ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਿੱਛੇ ਕਹਿ ਰਹੇ ਨੇ ਕਿ RSS ਹੈ, ਇਸ ਦੇ ਪਿੱਛੇ ਕਿਉਂ ਇਸ ਤਰੀਕੇ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਨੇ? ਐਵੇਂ ਜੀ, ਕੋਲੋਂ ਹੁਣ ਗੱਲ ਪਤਾ ਕੀ ਹੈ ਜੀ, ਹੁਣ ਮੈਂ ਕੁਛ ਕਹਿ ਦੇਵਾਂ ਤੁਹਾਡੇ ਬਾਰੇ, ਉਹਦੇ 'ਚ ਕੀ ਹੈ? ਇਹ ਤਾਂ ਸਿਆਸਤ ਹੈ ਨਾ, ਜਾਂ ਤਾਂ ਇਲਜ਼ਾਮ ਲਾਓ, ਬੇਸ਼ੱਕ ਲਾਓ, ਤੁਸੀਂ ਵਿਦ ਪ੍ਰੂਫ ਲਾਓ, ਸਬੂਤ ਤੁਹਾਡੇ ਕੋਲ ਕੁਛ ਹੈ ਨਹੀਂ, ਕਈ ਤੁਸੀਂ ਜਾਣੇ ਹੋ ਸਾਰਾ ਕੁਛ ਹੀ, ਠੀਕ ਹੈ ਨਾ, ਉਹਦਾ ਫਾਇਦਾ ਕੀ ਹੈ? ਇਸ ਦੀ ਵਜ੍ਹਾ ਇਹ ਤਾਂ ਨਹੀਂ ਤੁਹਾਨੂੰ ਅੰਮ੍ਰਿਤਪਾਲ ਹੋਰਾਂ ਨੂੰ ਜਿਤਾਇਆ, ਅਕਾਲੀ ਦਲ ਦੀ ਜਿਹੜੀ ਥਾਂ ਉਹ ਤੁਸੀਂ ਲਈ ਹੈ, ਇਸ ਕਰਕੇ ਵੀ ਇਸ ਤਰੀਕੇ ਦੇ ਜੀ ਸਾਡੀ, ਅਸੀਂ ਤਾਂ, ਮੈਂ ਤਾਂ ਇਲੈਕਸ਼ਨ ਲੜਦਾ ਹੀ ਨਹੀਂ ਸੀ, ਮੈਨੂੰ ਤਾਂ ਗੁਰਸੇਵਕ ਸਿੰਘ ਨੇ ਧੱਕੇ ਨਾਲ ਇਲੈਕਸ਼ਨ ਲੜਾਇਆ, ਸਾਡੇ ਮਗਰ ਕੋਈ ਨਹੀਂ ਹੈ, ਇਹਦੇ ਨਾਲ ਮੇਰੀ 20 ਸਾਲ ਪੁਰਾਣੀ ਸਾਂਝ, ਇਹਨੇ ਮੈਨੂੰ 2 ਇਲੈਕਸ਼ਨ ਪਹਿਲਾਂ ਵੀ ਲੜਾਏ ਹੈ, ਬਸ ਅਸੀਂ ਤਾਂ ਆਪ ਹੀ ਹੈ, ਨਾ ਸਾਡੇ ਪਿੱਛੇ ਕੋਈ ਨਹੀਂ ਹੈ, ਸਾਡੀ ਨਾ ਸਪੋਰਟ, ਸਾਨੂੰ ਤਾਂ ਕਿਸੇ ਪਾਰਟੀ ਵਾਲੇ ਨੇ ਦਵਾਨੀ ਵੀ ਨਹੀਂ ਦਿੱਤੀ। ਪ੍ਰਦੀਪ ਕਲੇਰ ਹੋਰਾਂ ਨੇ ਜਿਹੜੇ ਇਲਜ਼ਾਮ ਲਗਾਏ ਸੁਖਬੀਰ ਬਾਦਲ ਹੋਰਾਂ ਨੂੰ ਲੈ ਕੇ, ਹਾਂ ਉਹੀ ਤਾਂ ਕਹਿੰਦਾ ਵੀ ਲੁੱਕ ਹੂਜ਼ ਟਾਕਿੰਗ, ਉਹ ਤਾਂ ਉਦੋਂ ਝਾਤੀ ਤਾਂ ਮਾਰਨ, ਕਿੱਡੇ ਕਿੱਡੇ ਇਲਜ਼ਾਮ ਲੱਗਦੇ ਆ ਇਹਨਾਂ ਨੂੰ, ਹੋਰਾਂ ਨੂੰ ਕਹਿਣ ਲੱਗੇ, ਸੋਚਦੇ ਨਹੀਂ ਹੈ, ਇਹ ਨਹੀਂ ਸੋਚਦੇ ਵੀ ਸਾਡੇ ਤਾਂ ਸ਼ਰੇਆਮ ਹੀ ਬੰਦਾ, ਮਤਲਬ ਜਿਹੜਾ ਮੇਨ ਬੰਦਾ ਹੈ ਉਹੀ ਇਲਜ਼ਾਮ ਲਾਉਂਦਾ, ਉਹਨੂੰ ਤਾਂ ਕਲੈਰੀਫਾਈ ਕਰਦੇ ਨੇ, ਜਸਟੀਫਾਈ ਕਰਦੇ ਨੇ। ਅੰਮ੍ਰਿਤਪਾਲ ਦੇ ਨਾਲ ਨਾਲ ਉਹ ਇਹ ਵੀ ਕਹਿ ਰਹੇ ਕਿ ਜਿਹੜਾ ਬਾਕੀ ਧੜਾ ਵੀ ਖੜਾ ਕੀਤਾ ਗਿਆ ਉਹ ਵੀ ਓਪਰੇਸ਼ਨ ਨਾਗਪੁਰ ਦਾ ਹਿੱਸਾ ਹੈ, ਬੀਜੇਪੀ ਦੀ ਇਹ ਪਲੈਨਿੰਗ ਹੈ, ਜਿਵੇਂ ਸ਼ਿਵ ਸੈਨਾ ਮਹਾਰਾਸ਼ਟਰ ਦੇ ਵਿੱਚ ਕੀਤੀ, ਸ਼ਰਦ ਪਵਾਰ ਦੀ ਪਾਰਟੀ ਕੀਤੀ ਹਰਿਆਣੇ 'ਚ, ਚੌਟਾਲਾ ਦੀ ਕੀਤੀ, ਉਹੀ ਅਕਾਲੀ ਦਲ ਦੀ ਤਸਵੀਰ ਜਿਹੜੀ ਉਹ ਕਰਨਾ ਚਾਹੁੰਦੇ, ਚਾਹੇ ਅੰਮ੍ਰਿਤਪਾਲ ਦੇ ਜ਼ਰੀਏ ਕਰਨ, ਚਾਹੇ ਬਾਕੀ ਧੜੇ ਦੇ ਜ਼ਰੀਏ ਕਰਨ। ਨਹੀਂ, ਅਕਾਲੀ ਦਲ ਤਾਂ ਜੀ ਦੇਖੋ, ਇੱਕ ਗੱਲ ਦੱਸੋ, ਅਕਾਲੀ ਦਲ ਇੰਨਾ ਚਿਰ ਤਾਂ ਖਤਮ ਨਹੀਂ ਹੋਇਆ, ਹੁਣ ਕਿਉਂ ਹੋਇਆ? ਬੀਜੇਪੀ ਨੇ ਕੀਤਾ ਹੈ,
ਆਪਣੀਆਂ ਹਰਕਤਾਂ ਕਰਕੇ ਖਤਮ ਹੋਈਆਂ ਇਹ। ਜਦੋਂ ਇਹਨਾਂ ਨੂੰ ਸਿੱਖ ਪੰਥ ਨਾਲੋਂ ਡੇਰਾ ਸੱਚਾ ਸੌਦਾ ਵੱਧ ਪਿਆਰਾ ਹੋ ਗਿਆ ਨਾ, ਉਦੋਂ ਮਰੇ। ਉਹ ਤਾਂ ਕਹਿੰਦੇ ਬੀਜੇਪੀ ਓਪਰੇਸ਼ਨ ਨਾਗਪੁਰ ਦੇ ਜ਼ਰੀਏ ਸਿੰਬਲ ਤੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ, ਔਰ ਅਕਾਲੀ ਦਲ ਦਾ ਜਿਹੜਾ ਸਿੰਬਲ ਤਕੜੀ ਹੈ, ਔਰ ਪਾਰਟੀ ਦਫ਼ਤਰ ਤੇ ਵੀ ਕਬਜ਼ਾ ਜਿਹੜਾ ਉਹ ਕਰਵਾਉਣਾ ਚਾਹੁੰਦੀ। ਗੱਲ ਪਤਾ ਗੱਲ ਕੀ ਹੈ ਜੀ, ਉਹ ਅਕਾਲੀ ਦਲ ਦਾ ਦਫ਼ਤਰ ਹੈ, ਇਹਨਾਂ ਦਾ ਨਿੱਜੀ ਤਾਂ ਪ੍ਰੋਪਰਟੀ ਹੈ ਨਹੀਂ। ਜਿਹਦਾ ਅਕਾਲੀ ਦਲ ਹੋਏਗਾ, ਸ਼੍ਰੋਮਣੀ ਕਮੇਟੀ ਸਾਰਾ ਉਹ ਹੋਏਗਾ, ਉਹਦਾ ਦਫ਼ਤਰ ਹੋਏਗਾ। ਇਹਨਾਂ ਨੇ ਕਿਹੜਾ ਮੁੱਲ ਖਰੀਦਿਆ, ਉਹ ਤਾਂ ਅਕਾਲੀ ਦਲ ਦਾ ਹੈ। ਨਾਲੇ ਇਹ ਜੀ ਕਿਵੇਂ ਦੀਆਂ ਗੱਲਾਂ, ਕਿੱਡੇ ਕਿੱਡੇ ਇਲਜ਼ਾਮ ਲੱਗਦੇ ਆ, ਉਹਦੇ ਬਾਰੇ ਤਾਂ ਇਹ ਆਪਣਾ ਦੱਸ ਕਹਿੰਦੇ ਨੀ ਕੁਛ। ਬਾਕੀ ਤੁਹਾਡਾ ਕਹਿ ਰਿਹਾ ਕਿ ਉਹ ਤੁਹਾਡੇ ਨਾਲ ਆਉਣ ਤੇ ਵਿਚਾਰ ਕਰ ਰਿਹਾ, ਚਰਚਾ ਚੱਲ ਰਹੀ ਹੈ, ਚੰਦੂ ਮਾਜਰਾ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ। ਅਸੀਂ ਵੀ ਵਿਚਾਰ ਕਰ ਲਾਂਗੇ ਜੀ, ਕਰ ਲਾਂਗੇ ਵਿਚਾਰ, ਕੋਈ ਹਾਂ ਵੀ ਕਿਸੇ ਨੂੰ ਨਹੀਂ ਹੈ, ਨਾ ਵੀ ਕਿਸੇ ਨੂੰ ਨਹੀਂ। 19 ਤਰੀਕ ਨੂੰ ਜਿਹੜਾ ਇਕੱਠ ਕਰ ਰਹੇ ਹੋ, ਹਾਂਜੀ, ਉਹ ਇਕੱਠ ਦਾ ਮਕਸਦ ਕੀ ਹੈ, ਇਕੱਠ ਚ ਕਿੰਨੇ ਕੁ ਲੋਕ ਆਣਗੇ, ਇਕੱਠ ਚ ਕਿਹੜੇ ਕਿਹੜੇ ਚਿਹਰੇ ਨਜ਼ਰ ਆਣਗੇ? ਇਹ ਤਾਂ ਜੀ ਹਲੇ ਬਾਪੂ ਜੀ ਨਾਲ ਜਾ ਕੇ ਮੀਟਿੰਗ ਕਰਕੇ ਫੇਰ ਦੱਸਾਂਗੇ ਅਸੀਂ ਵੀ ਕੌਣ ਕੌਣ ਆਉਣਗੇ, ਕੌਣ ਕੌਣ ਨਹੀਂ। ਜਿਹੜਾ ਟਵੀਟ ਆਇਆ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਟਵਿੱਟਰ ਹੈਂਡਲ ਤੋਂ, ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਮਸਲੇ ਤੇ, ਅੰਮ੍ਰਿਤਪਾਲ ਦੀ ਰਿਹਾਈ ਦੇ ਮਸਲੇ ਤੇ ਇਕੱਠ ਕਰਨਾ। ਅੰਮ੍ਰਿਤਪਾਲ ਦੀ ਹਾਂ ਉਹਦੇ ਵਾਸਤੇ ਹੀ ਹੈ ਜੀ ਉਹ, ਸੋਰੀ, ਹਾਂ ਉਹਦੇ ਵਾਸਤੇ ਹੀ ਹੈ, ਪਰ ਇਹ ਨਹੀਂ ਪਤਾ ਵੀ ਕੌਣ ਆਉਣਗੇ। ਤੁਸੀਂ ਜਾਓਗੇ? ਓਬਵੀਅਸ ਹੈ ਜੀ, ਅਸੀਂ ਤਾਂ ਜਾਵਾਂਗੇ। ਬਾਕੀ ਤੁਹਾਡਾ ਜਾਏਗਾ? ਪਤਾ ਨਹੀਂ, ਮੈਨੂੰ ਪਤਾ, ਸੱਦਾ ਦੋਗੇ ਤੁਸੀਂ? ਬਾਪੂ ਜੀ ਨੇ ਸੱਦਾ ਦੇਣਾ, ਮੈਂ ਨਹੀਂ ਦੇਣਾ।